ਰੇਲ ਇੰਜਨ ਆਉਣ ਤੇ ਵੀ ਨਹੀਂ ਲੱਗਾ ਫਾਟਕ, ਵੱਡਾ ਹਾਦਸਾ ਹੁਣ ਉਟਲਿਆ। ਲੁਧਿਆਣਾ ਦੇ ਪਖਵਾਲ ਰੋਡ ਤੇ ਰੇਲਵੇ ਲਾਈਨਾਂ ਉੱਪਰ ਉਸ ਸਮੇਂ ਇੱਕ ਵੱਡਾ ਹਾਦਸਾ ਹੁਣ ਉਟਲ ਗਿਆ ਜਦੋਂ ਟ੍ਰੇਨ ਦਾ ਇੰਜਨ ਫਾਟਕ ਤੇ ਆ ਗਿਆ, ਪਰੰਤੂ ਤਕਨੀਕੀ ਖਰਾਬੀ ਦੇ ਚਲਦਿਆਂ ਫਾਟਕ ਸਮੇਂ ਤੇ ਨਹੀਂ ਲੱਗਾ। ਇਸ ਤੋਂ ਤੁਰੰਤ ਬਾਅਦ ਟ੍ਰੇਨ ਦੇ ਡਰਾਈਵਰ ਅਤੇ ਉਸ ਦੇ ਸਾਥੀ ਨੇ ਸੰਗਲ ਲਾ ਕੇ ਟ੍ਰੈਫਿਕ ਨੂੰ ਕਾਬੂ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਉੱਥੇ ਇਕੱਤਰ ਹੋ ਗਏ। ਲੋਕਾਂ ਦਾ ਕਹਿਣਾ ਸੀ ਕਿ ਰੇਲਵੇ ਦੀ ਇਹ ਵੱਡੀ ਚੂਕ ਹੈ, ਪਰੰਤੂ ਸ਼ੁਕਰ ਹੈ ਕਿ ਕੋਈ ਹਾਦਸਾ ਨਹੀਂ ਹੋਇਆ। ਪ੍ਰਸੰਗਿਕ ਬਸ ਇਹਨਾਂ ਨੇ ਵਧੀਆ ਚੌਕਸੀ ਕੀਤੀ ਆ, ਉਹ ਕਰਕੇ ਉਹਨਾਂ ਨੂੰ ਟ੍ਰੇਨ ਰੋਕ ਲਿਆ, ਇੰਜਨ ਰੋਕ ਲਿਆ ਅਤੇ ਇੱਧਰ ਇੰਜਨ ਵਾਲੇ ਆਪ ਖੜ੍ਹੇ ਉੱਥੇ, ਤਾਂ ਵਧੀਆ ਉਹ ਕੀਤਾ। ਸਕਦਾ ਸੀ ਇਹ ਤਾਂ ਹੋ ਸਕਦਾ ਸੀ, ਉਹਦਾ ਬਿਲਕੁਲ ਘੱਟ ਸੀ ਸਪੀਡ ਅਤੇ ਗੇਟਮੈਨ ਨੇ ਅਤੇ ਇਹਨਾਂ ਦੇ ਸਟਾਫ ਨੇ ਵਧੀਆ ਉਹ ਕੀਤੀ, ਹੋ ਗਿਆ ਫਿਲਹਾਲ। ਹਾਂ, ਫਿਰ ਉਹਨਾਂ ਨੇ ਪੂਰੀ ਚੌਕਸੀ ਵਰਤ ਕੇ ਲੰਘਾਈ।